ਹੁਸ਼ਿਆਰਪੁਰ ਵਿਖੇ ਦਵਾਈਆਂ ਵਾਲੀ ਮਾਰਕੀਟ ਵਿੱਚ ਦਵਾਈਆਂ ਦੀ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਚੱਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਅੱਗ ਉੱਪਰ ਕਾਬੂ ਪਾਇਆ। ਦੁਕਾਨ ਮਾਲਕ ਸੰਜੀਵ ਗੁਪਤਾ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਨੇ ਫੋਨ ਕੀਤਾ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਤੇ ਗਏ ਤਾਂ ਦੇਖਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ। ਦੁਕਾਨ ਮਾਲਕ ਅਨੁਸਾਰ ਅੱਗ ਕਾਰਨ ਉਹਨਾਂ ਦੀ ਪੂਰੀ ਦੁਕਾਨ ਸੜ ਗਈ ਹੈ ਤੇ ਉਹਨਾਂ ਦਾ ਤਕਰੀਬਨ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਵੇਰੇ ਫੋਨ ਆਇਆ ਜੀ ਅੱਗ ਲੱਗੀ ਹੋ ਦੁਕਾਨ ਤੇ ਆਇਆ ਤੇ ਮਤਲਬ ਫਾਇਰ ਬ੍ਰਿਗੇਡ ਵਾਲੇ ਅੱਗ ਬੁਝਾ ਰਹੇ ਸੀਗੇ। ਪਤਾ ਨੀ ਕਿਸ ਕਾਰਨ ਅੱਗ ਲੱਗੀ ਹੈ। ਕਿੰਨਾ ਨੁਕਸਾਨ ਹੋਇਆ? 30 ਲੱਖ ਦਾ ਨੁਕਸਾਨ ਹੋ ਗਿਆ ਜੀ। ਦਵਾਈਆਂ ਦੀ ਦੁਕਾਨ ਨੂੰ ਲੱਗੀ ਅੱਗ ਉੱਪਰ ਅਜੇ ਕਾਬੂ ਪਾਇਆ ਹੀ ਗਿਆ ਸੀ ਕਿ ਸਿਵਲ ਹਸਪਤਾਲ ਦੇ SMO ਦੇ ਰਿਕਾਰਡ ਰੂਮ ਨੂੰ ਵੀ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। ਹਸਪਤਾਲ ਦੇ ਸਿਕਿਉਰਿਟੀ ਗਾਰਡ ਜੋਰਾਵਰ ਸਿੰਘ ਨੇ ਦੱਸਿਆ ਕਿ ਉਸਨੇ ਸਵੇਰੇ 6:30 ਵਜੇ ਰਿਕਾਰਡ ਰੂਮ 'ਚੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਉਸਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰੰਤੂ ਅੱਗ ਕਾਰਨ ਰਿਕਾਰਡ ਰੂਮ 'ਚ ਪਿਆ ਨਵਜੰਮੇ ਬੱਚਿਆਂ ਦਾ ਰਿਕਾਰਡ, ਹੋਰ ਦਫ਼ਤਰੀ ਰਿਕਾਰਡ, ਇੱਕ ਕੰਪਿਊਟਰ, ਪੱਖਾ ਅਤੇ ਹੱਥੀ ਲਿਖੀ ਦਸਤਾਵੇਜ਼ ਸੜ ਕੇ ਸਵਾਹ ਹੋ ਗਏ। ਮੇਰਾ ਨਾਮ ਜਰੋਰ ਸਿੰਘ, ਮੈਂ ਇੱਥੇ ਰੌਣ ਮਾਰਦਾ ਮਾਰਦੇ ਨੂੰ ਆਇਆ। 6:30 ਦੇ ਕਰੀਬ ਜਾਣੀ ਦੇ ਸ਼ੋਰਟ ਸ਼ਾਰਟ ਤੁਹਾਨੂੰ ਅੱਗ ਲੱਗ ਗਈ ਸੀ ਅਤੇ ਮੈਂ ਅੱਗ ਬੁਝਾਉਣ ਤੋਂ ਚਾਹੁੰਦੇ, ਜਿਹੜੇ ਕਿ ਕਾਫੀ ਬੰਦੇ ਜਿਹੜੀ ਮਦਦ ਕੀਤੀ ਹੈਗੀ ਆ। ਕਿਹਦੇ ਦਫ਼ਤਰ ਨੂੰ ਅੱਗ ਲੱਗੀ ਹੈ? NHM ਦੀ ਲੜਕੀ ਬੈਠਦੀ ਹੈ। NHM ਦੀ ਲੜਕੀ ਬੈਠਦੀ ਹੈ, ਉਹਨੂੰ ਅੱਗ ਲੱਗੀ। ਨੁਕਸਾਨ ਕਿੰਨਾ ਕੁ ਹੋ ਗਿਆ? ਨੁਕਸਾਨ ਕਾਫੀ ਹੋ ਗਿਆ, ਮੁਲਾਜ਼ਮ ਜਾਣੀ ਕਿ ਹੋ ਗਏ 6 ਰੁਪਏ ਕਾਬੂ।